ਹਾਕੇ ਲੈ ਲੈ ਰੋਂਦੀ ਉਹ ਬਦਨਸੀਬ ਦਾਦੀ ਹੈ ਜਿਸ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਬੂਤਰਬਾਜ਼ੀ ਪਿੱਛੇ ਐਸੀ ਲੜਾਈ ਹੋਈ ਕਿ ਕਦੋਂ ਖੂਨੀ ਝੜਪ ਚ ਬਦਲ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਪਿੰਡ ਦੇ ਵਿੱਚ ਖੂਨ ਡੁੱਲਿਆ ਨਜ਼ਰ ਆਇਆ। ਦਰਅਸਲ ਇੱਥੇ ਪਿੰਡ ਦੇ ਵਿੱਚ ਹੀ ਕਬੂਤਰਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਸਨ। ਕਬੂਤਰਬਾਜ਼ੀ ਦੇ ਵਿੱਚ ਹੀ ਇਹ ਮੁੰਡੇ ਆਪਸ ਚ ਲੜ ਪੈਂਦੇ ਨੇ, ਮਾਮਲਾ ਸ਼ਾਂਤ ਵੀ ਹੋ ਜਾਂਦਾ ਹੈ ਤੇ ਸਾਰੇ ਆਪੋ ਆਪਣੇ ਘਰੇ ਵੀ ਚਲੇ ਜਾਂਦੇ ਨੇ। ਪਰ ਬਾਅਦ ਵਿੱਚ ਸ਼ਾਮ ਨੂੰ ਜਦੋਂ ਇਹ ਫਿਰ ਇੱਕ ਦੂਜੇ ਦੇ ਸਾਹਮਣੇ ਟੱਕਰਦੇ ਨੇ ਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ। ਬਹਿਸ ਇੰਨੀ ਵੱਧ ਜਾਂਦੀ ਹੈ ਕਿ ਇੱਥੇ ਇੱਕ ਮੁੰਡੇ ਦੇ ਵੱਲੋਂ ਦੂਸਰੇ ਮੁੰਡੇ ਦੇ ਸਿਰ ਤੇ ਲੋਹੇ ਦੀ ਰੋਡ ਮਾਰ ਦਿੱਤੀ ਜਾਂਦੀ ਹੈ ਤੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। 21 ਸਾਲਾਂ ਗੁਰਦੀਪ ਸਿੰਘ ਜਿਸ ਦੀ ਥਾਂ ਹੀ ਮੌਤ ਹੋ ਜਾਂਦੀ ਹੈ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਬੇਰਹਿਮੀ ਨਾਲ। ਦਾਦੀ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ ਕਿਉਂਕਿ ਮ੍ਰਿਤਕ ਗੁਰਦੀਪ ਸਿੰਘ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ ਤੇ ਇਸ ਦਾਦੀ ਦਾ ਇੱਕੋ ਇੱਕ ਸਹਾਰਾ, ਇੱਕੋ ਇੱਕ ਪੋਤਾ ਸੀ ਗੁਰਦੀਪ, ਜਿਸ ਦਾ ਕਤਲ ਕਰ ਦਿੱਤਾ ਗਿਆ ਹੈ। ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਦਾਦੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਉਸਦੇ ਪੋਤੇ ਦਾ ਕਤਲ ਕੀਤਾ ਹੈ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਾ ਜਾਏ ਕਿਉਂਕਿ ਉਸਦੀ ਦੁਨੀਆ ਹੀ ਉਜੜ ਗਈ ਹੈ। ਇਹ ਮਾਮਲਾ ਖੰਨਾ ਦੇ ਪਿੰਡ ਇਕੋਲਾਹਾ ਦਾ ਹੈ ਜਿੱਥੇ ਕਬੂਤਰਬਾਜ਼ੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਹੀ ਕਬੂਤਰਾਂ ਦੀ ਬਾਜ਼ੀ ਨੂੰ ਲੈ ਕੇ ਬਹਿਸ ਹੁੰਦੀ ਹੈ। ਬਹਿਸ ਤੋਂ ਬਾਅਦ ਮਾਮਲਾ ਸ਼ਾਂਤ ਹੁੰਦਾ ਹੈ ਅਤੇ ਫਿਰ ਆਪੋ ਆਪਣੇ ਘਰ ਚਲੇ ਜਾਂਦੇ ਨੇ ਸਾਰੇ। ਜੇਤੂਆਂ ਨੂੰ ਇਨਾਮ ਵੰਡੇ ਜਾਂਦੇ ਨੇ ਤੇ ਸਾਰੇ ਪੁਰਸਕਾਰ ਲੈ ਕੇ ਆਪੋ ਆਪਣੇ ਘਰ ਚਲ ਜਾਂਦੇ ਨੇ ਤੇ ਸ਼ਾਮ ਵੇਲੇ ਜਦੋਂ ਇਹ ਮੁੜ ਤੋਂ ਆਮੋ ਸਾਹਮਣੇ ਹੁੰਦੇ ਨੇ ਤਾਂ ਉਸੇ ਦੌਰਾਨ ਹੀ ਬਹਿਸ ਹੋ ਜਾਂਦੀ ਹੈ ਤੇ ਇੱਥੇ ਵਿੱਕੀ ਨਾਮ ਦੇ ਇੱਕ ਲੜਕੇ ਦੇ ਵੱਲੋਂ ਗੁਰਦੀਪ ਸਿੰਘ ਦੇ ਸਿਰ ਤੇ ਰੋਡ ਮਾਰ ਦਿੱਤੀ ਜਾਂਦੀ ਹੈ ਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਫਿਲਹਾਲ ਹੁਣ ਇਹ ਬਜ਼ੁਰਗ ਦਾਦੀ ਆਪਣੇ ਪੋਤੇ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਜਿਸ ਨੇ ਉਸਦੇ ਪੋਤੇ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ ਉਸਦੀ ਦੁਨੀਆ ਉਜਾੜੀ ਹੈ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਕਾਤਲ ਫਰਾਰ ਨੇ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਕੀ ਨਾਮ ਤੁਹਾਡਾ? ਜੀ ਦੀ ਡੈਥ ਹੋਈ ਹੈ, ਤੁਹਾਡਾ ਕੀ ਲੱਗਦਾ ਸੀ? ਪੋਤਾ ਮੇਰਾ, ਉਹਦੀ ਨਾ ਮਾਂ ਨਾ ਪਿਓ। ਕਿੰਨੀ ਕੁ ਉਮਰ ਸੀ? 22 ਸਾਲ ਹੋ ਗਈ। ਘਰੋਂ ਬੁਲਾ ਲਿਆ ਵਿਆਹ ਹੋਇਆ ਸੀਗਾ? ਨਾ ਨਾ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਕੋਈ ਕਬੂਤਰਬਾਜ਼ੀ ਦਾ ਮਸਲਾ ਵੀ ਹੋਇਆ? ਨਾ ਨਾ, ਕਬੂਤਰਬਾਜ਼ੀ ਸਵੇਰੇ ਸੀਗੀ, ਸ਼ਾਮ ਨੂੰ ਉਹਨਾਂ ਦੀ ਪਾਰਟੀ ਰੱਖੀ। ਕਿੰਨੇ ਕ ਟਾਈਮ ਹੋ ਗਏ ਮਾਂ ਬਾਪਾ ਨੂੰ ਗੁਜਰੇ ਨੂੰ? ਮਾਂ ਨੂੰ ਤਾਂ 22 ਸਾਲ ਹੋ ਗਏ ਮੁੱਕੇ ਨੂੰ, ਨਾਮ ਕੀ ਮੁੰਡੇ ਦਾ? ਕਰਦੀਪ। ਉਮਰ ਕਿੰਨੀ ਹੈ ਜੀ? 21 ਸਾਲ। ਕੰਮ ਕੀ ਕਰਦਾ ਸੀ? ਕਬੂਤਰ ਦੀ ਬਾਜ਼ੀ ਹੋਈ ਸੀਗੀ
ਕਬੂਤਰ ਦੀ ਬਾਜੀ ਹੋਈ ਪਿੱਛੇ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਹੋਈ ਸੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਦੇ ਬੀਜਦੀਪ ਨੇ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਜਿਹੜੀ ਇਹਨਾਂ ਦੀ ਖਹਿਮ ਖਾ ਹੁੰਦੀ ਰਹੀ ਜੀ ਇਹ ਆ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਇਹਨਾਂ ਦੀ ਹੁੰਦੀ ਰਹੀ ਜੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹੇ ਹਾਂ ਸ਼ਾਮ ਨੂੰ ਅਤੇ ਇਹਨਾਂ ਦੀ ਬਾਹਲੀ ਤੂੰ ਤੋਂ ਮੈਂ ਹੋ ਗਈ ਬਸ ਇੱਥੇ ਪਤਾ ਲੱਗਿਆ ਜੀ ਇਹਦੇ ਡੰਡਾ ਡੁੰਡਾ ਮਾਰਿਆ ਕਿਨੇ ਸਿਰ 'ਚ ਰਾੜ ਮਾਰੀ ਕਿਨੇ ਕਿੰਨੀ ਕੁ ਉਮਰ ਸੀ ਮੁੰਡੇ ਮੁੰਡੇ ਦੀ ਉਮਰ 20 ਕੁ ਸਾਲ ਦੀ ਸੀਗੀ ਬਸ ਯਾਰ ਮੇਨ ਜਾਣੀ ਕਿ ਘਟਨਾਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ ਬਸ ਕਬੂਤਰਬਾਜੀ ਪਿੱਛੇ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਜੀ ਬਸ ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਹੀ ਜੀ ਮੁੰਡਾ ਦੀ ਉਹਨੂੰ ਬੀਦੀਪ ਨੂੰ ਕਿਹਾ ਦੀ ਵੀ ਇਹ ਬੁਲਾਈ ਨਾ ਜੀ ਇਹਨਾਂ ਦੀ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਗਈ ਜੀ ਬਸ ਉਹ ਮੁੰਡੇ ਪਿੱਛੇ ਕੰਮ ਹੋਇਆ ਜੀ ਇਹ ਕਬੂਤਰਬਾਜੀ ਦਾ ਕਿੱਥੇ ਹੋਇਆ ਸੀਗਾ ਇਹ ਕਬੂਤਰਬਾਜੀ ਬੀਦੀਪ ਦੇ ਕੋਠੇ ਦੀ ਹੋਈ ਜਿਹੜੇ ਮੁੰਡੇ ਨੇ ਮਾਰਿਆ ਜੀ ਇਹਨਾਂ ਨੇ ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਾਹਾ ਅਤੇ ਅੱਜ ਜਿਹੜੀ ਕੱਲ੍ਹ ਕਬੂਤਰਬਾਜੀ ਇੱਥੇ ਪਿੰਡ 'ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੱਤੇ ਨੇ ਲੋਕ ਪਰ ਬਹੁਤ ਮੰਦਭਾਗੀ ਆ ਕਿਸੇ ਦਾ ਸ਼ੌਂਕ ਹੋ ਸਕਦਾ ਹੈ ਪਰ ਜੇ ਸ਼ੌਂਕ ਨੇ ਮੇਰੇ ਪਿੰਡ ਦੇ 2 ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾਂ ਸੀਗਾ ਅੱਜ ਤੋਂ ਲਗਭਗ 2.5-3 ਸਾਲ ਪਹਿਲਾਂ ਦੀ ਗੱਲ ਹੈ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰਬਾਜੀ ਲੱਗੀ ਹੋਈ ਸੀਗੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸਦੀ ਨੌਜਵਾਨ ਦੀ ਐਟ ਏ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ੍ਹ ਵੀ ਬਾਜੀ ਫੇਰ ਲਾਈ ਇਹਨਾਂ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰੰਜਸਬਾਜੀ ਦੇ ਹੋਈ ਐਂਡ 'ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਅਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਇਹ ਅਜਿਹੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰਬਾਜੀ ਦੀ ਆ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ 'ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਵੀ ਇਹ ਸਾਰੀ ਦੇਖੋ ਕੋਠਿਆਂ ਦੇ ਉੱਪਰ ਚੜ੍ਹਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰਬਾਜੀ ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਂ ਗਿਰਦਾ ਕੋਈ ਕੁਛ ਹੁੰਦਾ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਬਕਾਇਦਾ ਰੋਕ ਲੱਗਣੀ ਚਾਹੀਦੀ ਹੈ ਇਹ ਸਰਕਾਰ ਇਸ 'ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ 2 ਮੌਤਾਂ ਨੌਜਵਾਨ ਇਹੋ ਜਿਹੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਕੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲਿਆ ਕਰ ਰਿਹਾ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਮ੍ਹਾਂ ਹੀ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਨੇ ਚਾਹੇ ਇਹ ਤਾਂ ਟੋਟਲ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜਸਬਾਜੀ ਵੱਧਦੀ ਆ ਸ਼ਾਮ ਨੂੰ ਜਿਵੇਂ ਕੱਲ੍ਹ ਇਹਨਾਂ ਨੇ ਕਬੂਤਰਬਾਜੀ ਕਬੂਤਰ ਉਡਾਏ ਕਬੂਤਰ ਉਡਾਉਣ ਤੋਂ ਬਾਅਦ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜਸਬਾਜੀ ਇਹ ਕਬੂਤਰਬਾਜੀ ਕਰਕੇ ਮਤਲਬ ਲੜਾਈ ਹੋਈ ਆ ਕਲਾਹੇ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਕਰੀਬ ਉਮਰ 22 ਸਾਲ ਦੇ ਇਸੇ ਪਿੰਡ ਦਾ ਰਹਿਣ ਵਾਲਾ ਉਹਨੂੰ ਬਿਆਨ ਲਿਖਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਏਲੀਅਸ ਮਾਨਾ ਕਰੀਬ 22 ਸਾਲ ਦੀ ਉਹਦੀ ਏਜ ਸੀ 21-22 ਸਾਲ ਦੀ ਉਹਨੂੰ ਕੱਲ੍ਹ ਰਾਤੀ ਕੁਲਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ ਸਨ ਆਫ ਕੁਲਦੀਪ ਸਿੰਘ ਦੋਨੋਂ ਪਿਓ ਪੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਦੀ ਕੁੱਟਮਾਰ ਕੀਤੀ ਕੁੱਟਮਾਰਨ ਤੋਂ ਬਾਅਦ ਉਹਦਾ ਜਿਹੜਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ 'ਤੇ ਐੱਫ ਏ ਨੰਬਰ 128/24 ਨੂੰ ਅੰਡਰ ਸੈਕਸ਼ਨ 302/34 IPC ਦਰਜ ਕਰ ਲਈ ਕਾਰਨ ਕੱਲ੍ਹ ਇਹਨਾਂ ਦੇ ਆਪਸ 'ਚ ਜੋ ਦੱਸ ਰਹੇ ਨੇ ਵੀ ਉੱਥੇ ਕਬੂਤਰਾਂ ਦੀ ਉਡਾਣ ਵਗੈਰਾ ਸੀਗੀ ਕਬੂਤਰ ਉੱਡਦੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ ਖਿਲਾਫ਼ ਹੋਰ ਕਾਰਵਾਈ ਹੋਣ ਚ ਲਿਆਵਾਂਗੇ।